ਉਹ ਕਿ ਸਰਕਾਰ ਕਿ ਦੀ ਬਣੂਗੀ ਕਿਉਂਕਿ ਲੋਕ ਵੀ ਛੋਪਾਂ ਪੰਚਾ ਹੈ ਤੁਹਾਡਾ ਤੁਹਾਨੂੰ ਕੀ ਲੱਗਦਾ ਹੈ ਕੀ ਐਕਸਪੈਕਟੇਸ਼ਨ ਹੈ ਕਿ ਪੰਜਾਬ ਦੇ ਵਿੱਚ ਸਰਕਾਰ ਕੌਣ ਬਣਾਊਗਾ ਇਸ ਵਾਰ ਇਹ ਦੇਖੋ ਇਸ ਵਾਰ ਜਿਹੜੀ ਇਲੈਕਸ਼ਨ ਹੋਈ ਹੈ ਉਹ ਮੇਰੇ ਖਿਆਲੋਂ 50 ਸਾਲਾਂ ਤੋਂ ਬਾਅਦ ਇਸ ਤਰ੍ਹਾਂ ਦੀ ਕਨਫਿਊਜ਼ਡ ਇਲੈਕਸ਼ਨ ਹੈ ਜਿਹਦੇ ਵਿੱਚ ਸਾਰੇ ਹੀ ਜਿਹੜੇ ਅਸੈਸਮੈਂਟਾਂ ਕਰਨ ਵਾਲੇ ਆ ਉਹ ਦੋ ਚਿੱਤੀ ਵਿੱਚ ਹੈ ਕਲੈਰਿਟੀ ਕਿਸੇ ਕੋਲੇ ਜ ਹੈ ਨਹੀਂ ਇਹ ਤਾਂ ਠੀਕ ਹੈ ਕਿ ਇਲੈਕਸ਼ਨ ਇਲੈਕਸ਼ਨ ਹੀ ਹੁੰਦੀ ਹੈ ਹਮੇਸ਼ਾ ਹੀ ਜੀਜਕ ਹੁੰਦੀ ਹੈ 1921 ਦਾ ਫਰਕ ਹੁੰਦਾ ਹੈ ਲੇਕਨ ਆ ਕੀ ਜਿਹੜੇ ਹੈਗੇ ਕਿ ਸਿਚੁਏਸ਼ਨਾਂ ਇਹ ਜੀਆਂ ਵਿੱਚ ਉਹਦੇ ਐਡ ਹੋ ਗਈਆਂ ਤੇ ਇੱਕ ਤਾਂ ਕਰੈਕਟਰ ਆਪਾਂ ਨੂੰ ਪਤਾ ਕਿ ਡੇ ਬਾਏ ਡੇ ਸਾਡਾ ਸੋਸ਼ਲ ਕਰੈਕਟਰ ਪੋਲੀਟੀਕਲ ਕਰੈਕਟਰ ਸਾਰੇ ਕਰੈਕਟਰ ਡਾਊਨ ਜਾਂਦੇ ਐ ਤੇ ਉਹ ਪੁਰਾਣੇ ਆ ਜ਼ਮਾਨੇ ਵਾਲੀ ਕਮਿਟਮੈਂਟਾਂ ਨਹੀਂ ਰਹੀਆਂ ਉਸ ਵਕਤਾਂ ਵਾਲੇ ਜੋ ਵੀ ਸਾਂਝਾਂ ਹੁੰਦੀਆਂ ਉਹ ਨਹੀਂ ਰਹੀਆਂ ਉਸ ਵੇਲੇ ਤਾਂ ਇੱਕ ਪਰਿਵਾਰਾਂ ਦੇ ਵਿੱਚ ਕੋਈ ਇੱਕ ਆ ਜਾਂਦਾ ਸਾਰੇ ਟੱਬਰ ਸਮਝਦਾ ਸਾਡੇ ਘਰ ਚ ਆ ਗਿਆ ਲੇਕਿਨ ਅੱਜ ਕੱਲ ਹਰ ਪਰਿਵਾਰ ਦੇ ਵਿੱਚ ਆਪੋ ਆਪਣੀ opinion ਰੱਖਣ ਵਾਲੇ ਜਿਹੜੇ ਹੈਗੇ ਨੇ ਆ ਗਏ ਐ ਇਸ ਕਰਕੇ ਦੂਜੀ ਚੀਜ਼ ਇਹ ਆ ਗਈ ਹੈ ਕਿ ਜਿਹੜੀ ਸਰਕਾਰ ਭਾਰਤ ਦੇ ਵਿੱਚ ਜਿਹਦੇ ਅੰਡਰ ਸਾਰੀਆਂ ਇਲੈਕਸ਼ਨਾਂ ਹੋ ਰਹੀਆਂ ਪੰਜਾਬ ਜਾਂ ਹੋਰ ਸੂਬਿਆਂ ਦੀਆਂ ਇਹ ਪਿਛਲੀ ਵਾਰ ਤੋਂ ਹੀ ਮੈਂ ਦੇਖ ਰਹੀ ਹਾਂ ਕਿ ਜਿਹੜੀ 14 ਚ ਹੋਈ ਹੈ ਪਾਰਲੀਮੈਂਟ ਉਸ ਵੇਲੇ ਤੋਂ ਲੈ ਕੇ ਹੀ ਇਹਨਾਂ ਨੇ ਥੋੜਾ ਆਪਦੀ ਤਾਕਤ ਨੂੰ ਮਿਸਯੂਜ਼ ਕੀਤਾ ਹੈ ਡਿਕਟੇਟਰਾਂ ਨਾਲ ਤਰੀਕੇ ਨਾਲ ਚਲਾਇਆ ਸਾਰੇ ਜਿਹੜੇ ਆਪਣੀ ਪਾਵਰ ਗੇਨ ਕਰਨ ਵਾਸਤੇ ਸਾਧਨ ਚਾਹੀਦੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮਜ਼ਬੂਰ ਕਰਕੇ ਕੰਪੈਲ ਕਰਕੇ ਜਾਂ ਉਹਦਾ ਪ੍ਰੈਸ਼ਰਾਈਜ਼ ਕਰਕੇ ਇਹ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਸਾਰਾ ਕੁਝ ਯੂਟਲਾਈਜ਼ ਕੀਤਾ ਹੈ ਡਿਊ ਟੂ ਥੀਸ ਰੀਜ਼ਨਸ ਇਹੋ ਜੇ ਕਾਰਨਾ ਕਰਕੇ ਅੱਜ ਇਲੈਕਸ਼ਨ ਜਿਹੜੀ ਹੈਗੀ ਉਹ ਕਨਫਿਊਜ਼ਨ ਚ ਹੈ ਮੈਂ ਦੋ ਵੱਡੇ ਫੈਕਟਰਾਂ ਦੀ ਗੱਲ ਕਰਦੀ ਹਾਂ ਇੱਕ ਤਾਂ ਚਲੋ ਇੰਨਾ ਪੈਸਾ ਅਸੀਂ ਨਹੀਂ ਦੇਖਿਆ ਕਿਤੇ ਹਾਲਾਂਕਿ ਅਸੀਂ ਤਾਂ ਹਾਂ ਨਹੀਂ ਸਾਡੇ ਕੋਲ ਹੀ ਪੈਸੇ ਐ ਬਹੁਤ ਸਾਰੇ ਲੋਕ ਸਾਡੇ ਵਰਗੇ ਹੋਰ ਵੀ ਹੋਣਗੇ ਜਿਨ੍ਹਾਂ ਕੋਲੇ ਇਸ ਤਰ੍ਹਾਂ ਦਾ ਪੈਸਾ ਨਾ ਉਹਨਾਂ ਨੇ ਹਰਾਮ ਦਾ ਬਣਾਇਆ ਚ ਨਾ ਉਹ ਹਰਾਮ ਦਾ ਦੇ ਸਕਦੇ ਐ ਇੱਕ ਜਿਹੜੀ ਇਲੈਕਸ਼ਨ ਹੈਗੀ ਇਹਦੇ ਵਿੱਚ ਪੈਸਿਆਂ ਦੇ ਮੀਂਹ ਵਰਸੇ ਆ ਲੋਕ ਕਹਿੰਦੇ ਆ ਕਿ ਮੀਂਹ ਵਰਸੇ ਆ ਲੋਕਾਂ ਨੇ ਪੈਸੇ ਕਮਾਏ ਤੇ ਪੈਸਿਆਂ ਦੀ ਇਤਹਾਰ ਹੈਗੀ ਹੈ ਤੇ ਜਿਹੜੀ ਹੈਗੀ ਆ ਵੋਟਰਾਂ ਦੇ ਮਜਬੂਰੀ ਤੇ ਗਰੀਬੀਆਂ ਨੂੰ ਖਰੀਦਣਾ ਇਹ ਵੱਧਦਾ ਹੀ ਤੁਰਿਆ ਗਿਆ ਹੈ ਕਿਹੜੀ ਪਾਰਟੀ ਵੱਲ ਦਰਸ਼ਾ ਰਹੇ ਤੁਸੀਂ ਕਿਹੜੀ ਪਾਰਟੀ ਨੂੰ ਤੁਹਾਨੂੰ ਲੱਗਦਾ ਕਿ ਵੋਟ ਖਰੀਦਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਸੁਣਦੇ ਹੁੰਦੇ ਸੀ ਗੱਲਾਂ ਕੀ ਜੀ ਉਧਰ ਗਿੱਦੜਵਾਹੇ ਵਾਲੇ ਬਾਦਲਾ ਪਰਿਵਾਰ ਤੇ ਸਾਡਾ ਹਰਚੰਦ ਸਿੰਘ ਬਰਾੜ ਇਹ ਦੋ ਪਰਿਵਾਰਾਂ ਦਾ ਹੁੰਦਾ ਕਿ ਇਹਨਾਂ ਦੇ ਉਸ ਦੋ ਹਲਕਿਆਂ ਚੱਲਦੇ ਆ ਜਦੋਂ ਗਿੱਦੜਵਾਹੇ ਦੀ ਇਲੈਕਸ਼ਨ ਹੋਈ ਅਸੀਂ ਉੱਥੇ ਗਏ ਆ ਉਸ ਵੇਲੇ ਸਾਨੂੰ ਇਹ ਪਤਾ ਲੱਗਿਆ ਕਿ ਉਹ ਵੀ ਉਸੇ ਏਰੀਆ 'ਚ ਹੀ ਆ ਜਾਂਦੇ ਆ ਕਿ ਜੀ ਇੱਥੇ ਆਪੋ ਆਪਣੇ ਵੋਟਰ ਬੱਜੇ ਹੁੰਦੇ ਆ ਤੇ ਉਹ ਆਪ ਆਪਣੀ ਪਾਰਟੀ ਨਹੀਂ ਪਾਉਂਦੇ ਆ ਲੇਕਿਨ ਉਹ ਮਦਦ ਲੈਂਦੇ ਆ ਸਭ ਤੋਂ ਹਾਂ ਤੇ ਸਾਨੂੰ ਇਹ ਗੱਲ ਬੜੀ ਅਜੀਬ ਲੱਗੀ ਸੀ ਸਾਰਾ ਪੰਜਾਬ ਉੱਥੇ ਗਿਆ ਵਸੇ ਡਿਊਟੀਆਂ ਲੱਗੀਆਂ ਸੀਆਂ ਸਾਨੂੰ ਉਦੋਂ ਹੀ ਡਰ ਲੱਗਦਾ ਸੀ ਕਿ ਇਹ ਬਿਮਾਰੀ ਕਿਤੇ ਪੰਜਾਬ ਚ ਨਾ ਫੈਲ ਜੇ ਤੇ ਜਿਹੜਾ ਅੱਜ ਉਹ ਸੱਚਮੁੱਚ ਬਿਮਾਰੀ ਸਾਰੀ ਪੰਜਾਬ ਚ ਫੈਲ ਗਈ ਹੈ ਪੈਸਾ ਬਣਾਉਣਾ ਤੇ ਪੈਸਾ ਲਾਉਣਾ ਇਹਨੂੰ ਜਿਹੜੀ ਇਲੈਕਸ਼ਨ ਆ ਜਾਂ ਜਿਹੜੀ ਸਰਕਾਰ ਹੈ ਜਾਂ ਇਹਨੂੰ ਸਾਰਿਆਂ ਨੂੰ ਆਪਾਂ ਇਹ ਕਮਰਸ਼ੀਅਲਾਈਜ਼ ਕਰਕੇ ਵਪਾਰੀ ਕਰਨ ਜਾਂ ਹੋ ਗਿਆ ਇਹਦਾ ਇਹਦਾ ਅੰਦਾਜ਼ਾ ਲਾਉਣਾ ਬੜਾ ਔਖਾ ਹੁੰਦਾ ਹੈ ਕਿ ਕਿਉਂਕਿ ਲੋਕਾਂ ਦੀ ਡੇ বাই ਡੇ ਲੋਕ ਚੇਤ ਵੀ ਬਹੁਤ ਹੁੰਦੇ ਜਾ ਰਹੇ ਆ। ਉਹ ਇਹ ਸਮਝਦੇ ਆ ਕਿ ਸਾਡੀ ਗਰੀਬੀ ਜਾਂ ਸਾਡੀ ਮਜਬੂਰੀ ਕੋਈ ਖਰੀਦ ਰਿਆ। ਤੇ ਕਈ ਵਾਰੀ ਉਹ ਆਪਣੇ ਬਸੇ ਚ ਉਹਨਾਂ ਦੇ ਪੈ ਜਾਂਦੇ ਆ ਪਰ ਵੋਟ ਫਿਰ ਆਪਣੀ ਮਰਜ਼ੀ ਨਾਲ ਪਾਉਂਦੇ ਨੇ। ਇੱਕ ਤਰ੍ਹਾਂ ਇਹ ਕਨਫਿਊਜ਼ਨ ਹੈ ਕਿ ਕੀ ਪੈਸੇ ਲੈ ਕੇ ਵੀ ਕਿਸੇ ਨੇ ਵੋਟ ਪਾਈ ਹੈ ਜਾਂ ਨਹੀਂ ਪਾਈ। ਸਾਰਿਆਂ ਨੇ ਨਹੀਂ ਪੈਸੇ ਲਏ। ਸਾਰੇ ਪੈਸੇ ਲੈਣਾ ਚਾਹਦੇ ਵੀ ਨਹੀਂ ਹੈ। ਇਹ ਤਾਂ ਮੱਲੋ ਮੱਲੀ ਸਾਨੂੰ ਨਹੀਂ ਪਤਾ ਵੀ ਇਹ ਪ੍ਰਚਾਰ ਹੈ ਕਿ ਇਹ ਦਿੱਤੇ ਵੀ ਹੈ ਜਾਂ ਹੋਏ ਵੀ ਨੇ ਲੈ ਵੀ ਹੈ। ਮੈਨੂੰ ਨਹੀਂ ਪਤਾ ਇਸ ਗੱਲ ਦਾ। ਕਿਹੜੇ ਪੈਸੇ ਦੀ ਹਿਰਫੇਰ ਹੈ ਮੈਡਮ। ਕੀ ਲੱਗਦਾ ਹੈ ਪੈਸੇ ਦੀ ਏਹਰਫੇਰ ਮਤਲਬ ਪਹਿਲਾਂ ਵੋਟਰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਆਉਣ ਵਾਲੇ ਸਮੇਂ ਦੇ ਵਿੱਚ ਵਿਧਾਇਕ ਖਰੀਦਣ ਦੀ ਵੀ ਕੋਸ਼ਿਸ਼ ਕੀਤੀ ਜਾਊਗੀ ਲੱਗਦਾ ਹੈ ਸ਼ਾਇਦ ਉਸ ਤੋਂ ਹੀ ਡਰ ਕੇ ਕਿਤੇ ਨਾ ਕਿਤੇ ਰਾਜਸਥਾਨ ਦੇ ਵਿੱਚ ਹੋਟਲ ਜਿਹੜੇ ਕਿ ਬੁੱਕ ਕਰਵਾਏ ਗਏ ਹਨ ਇਸ ਤਰ੍ਹਾਂ ਦੀਆਂ ਜਿਹੜੀਆਂ ਫੁਆਹਾਾਂ ਚੱਲਦੀਆਂ ਹਨ ਵੀ ਵੋਟਰ ਖਰੀਦੇਗੇ ਫਲਾਣੇ ਉੱਥੋਂ ਹੀ ਫਿਰ ਅੰਦਾਜ਼ੇ ਲੋਕ ਲਾ ਲੈਂਦੇ ਆ ਵੀ ਸ਼ਾਇਦ ਹੁਣ ਐਮਐਲਏ ਵੀ ਖਰੀਦਣਗੇ ਜਿੱਦ ਤੋਂ ਤੱਕ ਸਾਡੀ ਪਾਰਟੀ ਵੱਲ ਉਂਗਲ ਕਰਦੇ ਆ ਕਿ ਰਾਜਸਥਾਨ ਗਿਆ ਹੈ ਸਵਾਲ ਹੀ ਪੈਦਾ ਨਹੀਂ ਹੁੰਦਾ ਕੋਈ ਵੀ ਕਾਂਗਰਸੀ ਕਿਸੇ ਥਾਂ ਤੇ ਨਾ ਕੋਈ ਖਰੀਦਿਆ ਜਾ ਸਕਦਾ ਨਾ ਖਰੀਦਿਆ ਜਾਊਗਾ ਉਹਦਾ ਇੱਕ ਬੜੀ ਅੱਛੀ ਐਗਜ਼ੈਂਪਲ ਹੈ ਕਿ ਸਾਡੂ ਬਹੁਤ ਸਬਿਆਂ ਦੇ ਵਿੱਚ ਇੱਥੇ ਅੱਤਵਾਦ ਵੀ ਆਇਆ ਵੱਖਵਾਦ ਵੀ ਆਇਆ ਜਾਨਾ ਲਾਤੀਆਂ ਲੇਕਿਨ ਉਹਨਾਂ ਦੇ ਆਪਣੇ ਸੂਲ ਤੋਂ ਨਹੀਂ ਥੜਕੇ ਇਸੇ ਤਰ੍ਹਾਂ ਨਾਲ ਬੜੇ ਸਮੇਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਵੀ ਭਾਜਪੀ ਠੀਕ ਹੈ ਕੁਝ ਲੋਕ ਗਏ ਨੇਗੇ ਕੁਝ ਲੋਕ ਗਏ ਨੇ ਤੇ ਲੇਕਿਨ ਸਾਡੇ ਸਾਰੇ ਥਾਵਾਂ ਤੇ ਬੈਠੇ ਆ ਸਾਡੀ ਮੈਜੋਰਿਟੀ ਕਾਂਗਰਸ ਜਿੰਨੀ ਕੈਪਟਨ ਨੂੰ ਆਸ ਸੀ ਕਿ ਮੈਂ ਬੀਜੇਪੀ ਨਾਲ ਕੰਪਰੋਮਾਈਜ਼ ਹੋ ਗਿਆ ਦੇਖਿਓ ਜਾਪਤਾ ਲਗੂ ਲੋਕ ਆਉਣਗੇ ਜਾਂ ਢੀਂਡਸੇ ਕਹਿੰਦੇ ਸੀ ਦੇਖਿਓ ਜਾਪਤਾ ਲਗੂ ਵੋਟ ਆਉਣਗੇ ਕੋਈ ਵੀ ਨਹੀਂ ਗਿਆ ਲੇਕਿਨ ਬੀਜੇਪੀ ਨਾਲ ਕੁਝ ਲੋਕ ਚਲੇ ਗਏ ਨੇ ਸਾਰੀਆਂ ਪਾਰਟੀਆਂ ਚੋਂ ਗਏ ਨੇ ਉਹ ਤੇ ਕੁਝ ਲੋਕ ਚਲੇ ਗਏ ਨੇ ਲੇਕਿਨ ਸਾਡੀ ਵੱਡੀ ਮੈਜੋਰਟੀ ਪਾਰਟੀ ਕਾਂਗਰਸ ਜਿਹੜੀ ਹੈਗੀ ਨਾ ਚ ਕੋਈ ਐਸਾ ਬੰਦਾ ਨਹੀਂ ਗਿਆ ਕਾਮ ਇੰਟੈਲੀਜੈਂਟ ਟਿਕਟ ਨਹੀਂ ਮਿਲਿਆ ਮਜ਼ਬੂਰੀ ਦੇ ਬਸ ਕੋਈ ਇਹ ਜਿਹਾ ਮੈਨੂੰ ਟਿਕਟ ਨਹੀਂ ਤੋਂ ਮਿਲਿਆ ਤਾਂ ਉੱਥੇ ਇਲੈਕਸ਼ਨ ਲੜ ਲਾ ਇਹ ਨਹੀਂ ਕੋਈ ਜ਼ਰੂਰੀ ਕਿ ਪੈਸੇ ਦੇ ਮਾਰੇ ਗਏ ਨੇ ਉਹ ਇਸ ਕਰਕੇ ਕਾਂਗਰਸ ਮੈਨ ਨੂੰ ਪੈਸਾ ਖਰੀਦ ਸਕੇ ਉਹ ਨਹੀਂ ਹੋ ਸਕਦਾ ਇੱਕ ਜਦੋਂ ਮੈਂ ਤੁਹਾਨੂੰ ਪੁੱਛੇ ਕਿ ਕਿਹੜੀ ਪਾਰਟੀ ਖਰੀਦ ਸਕਦੀ ਹੈ ਜਾਂ ਕਿਹੜੀ ਪਾਰਟੀ ਸਪੈਂਡ ਕਰ ਸਕਦੀ ਹੈ ਤੁਸੀਂ ਕਿਉਂਕਿ ਅਕਸਰ ਅਸੀਂ ਸਾਰੀ ਸਿਆਸੀ ਪਾਰਟੀਆਂ ਤੇ ਵਾਰ ਕਰਦੇ ਹਾਂ ਲੇਕਿਨ ਹੁਣ ਤੁਸੀਂ ਜਿਹੜਾ ਕਿ ਇੱਕ ਸੌਫਟ ਕਾਰਨਰ ਆਮ ਆਦਮੀ ਪਾਰਟੀ ਦੇ ਲਈ ਰੱਖਿਆ ਤਾਂ ਕੀ ਸਮਝੀਏ ਕਿ ਆਉਣ ਵਾਲੇ ਦਿਨਾਂ ਦੇ ਲਈ ਕਿਉਂਕਿ ਜਿਹੜੇ ਇਲੈਕਸ਼ਨ ਹੈ ਤੁਸੀਂ ਵੀ ਕਿਹਾ ਕਨਫਿਊਜ਼ਡ ਹੈ ਲੋਕੀ ਇੱਕ رائے ਨਹੀਂ ਬਣਾ پا ਰਹੇ ਤੇ ਜੇਕਰ ਸੀਟਾਂ ਪੂਰੀ ਨਹੀਂ ਹੁੰਦੀ ਜੇਕਰ ਜਿਹੜਾ ਮੈਜੀਕਲ ਵਰਡ ਹੈ ਉਸ ਨੂੰ ਨਹੀਂ ਆਪਾਂ ਟੱਚ ਕਰਦੇ ਤਾਂ ਕਿਹੜੀ ਪਾਰਟੀ ਹੋ ਜੀ ਹੈ ਜਿਸ ਦੇ ਨਾਲ ਆਪਾਂ ਗੱਠਜੋੜ ਕਰ ਸਕਦੇ ਹਾਂ ਕਿ ਉਹ ਆਮ ਆਦਮੀ ਪਾਰਟੀ ਹੈ ਤੁਹਾਨੂੰ ਪਹਿਲੀ ਗੱਲ ਤਾਂ ਇਹ ਗੱਲ ਕਰਨੀ ਬਣਦੀ ਹੀ ਇਸ ਕਰਕੇ ਨਹੀਂ ਹੈ ਕਿ ਮੈਨੂੰ ਪਹਿਲਾਂ ਵੀ ਬੜੇ ਚੈਨਲਾਂ ਨੇ ਪੁੱਛਿਆ ਲੋਕ ਹੀ ਪੁੱਛਦੇ ਆ ਮੇਰਾ ਪੂਰਾ ਫੇਥ ਹੈ ਬੜੀਆਂ ਇਲੈਕਸ਼ਨਾਂ ਦੇਖੀਆਂ ਨੇ ਅੱਖਾਂ ਥਾਈਂ ਦੇ ਨਕਲੀਆਂ ਲੱਗੀਆਂ ਭਾਵੇਂ ਜਿਵੇਂ ਇਹਨਾਂ ਨੇ ਮੈਂ ਇਕੱਲਾ ਪੈਸਾ ਨਹੀਂ ਕਹਿੰਦੀ ਹਾਂ ਇਹਨਾਂ ਨੇ ਡੇਰਿਆਂ ਨੂੰ ਵੀ ਆਪਣੀ ਪਾਵਰ ਨੂੰ ਮਿਸਚੂਜ਼ ਕੀਤਾ ਇਹਨਾਂ ਨੇ ਈਡੀ ਡਿਪਾਰਟਮੈਂਟ ਜਿਹੜਾ ਗਵਰਨਮੈਂਟ ਦਾ ਹੈਗਾ ਉਹਦੀਆਂ ਸਾਹਮਣੇ ਜਿਉਂਦੀਆਂ ਜਾਗਦੀਆਂ ਮਸਾਲਾ ਨੇ ਪਹਿਲਾਂ ਇਹਨਾਂ ਨੇ ਜਿਹੜਾ ਦਿਖਾਇਆ ਸਖਪਾਲ ਖੈਰੇ ਨੂੰ ਟ੍ਰੇਲਰ ਦਿਖਾ ਕੇ ਡਰਾਇਆ ਲੋਕਾਂ ਨੂੰ ਹਾਲਾਂਕਿ ਉਹਦੇ ਵਿਚਾਰੇ ਚ ਕੁਝ ਨਹੀਂ ਐਸੀ ਗੱਲ ਨਿਕਲੀ ਤੇ ਉਹਨੂੰ ਪਰੇਸ਼ਾਨੀ ਕਰਨੀ ਪਈ ਇਹਨਾਂ ਨੇ ਈਡੀ ਨੂੰ ਇਸ ਚੀਜ਼ ਕੀਤਾ ਬੀਜੇਪੀ ਨੇ ਫਿਰ ਆ ਜਾਣਬੁੱਝ ਕੇ ਜਦੋਂ ਸਾਡੇ ਚੰਨੀ ਬਣਿਆ ਸਾਡੀ ਆਪਣੇ 6 ਮਹੀਨਿਆਂ ਦੀ ਸਰਕਾਰ ਪਿਛਲੀ ਲਾਓ ਬਹੁਤ ਉੱਬਰ ਕੇ ਲੋਕਾਂ ਨੂੰ ਕਿ ਆ ਹੁੰਦੀ ਹੈ ਸਰਕਾਰ ਸਾਨੂੰ ਜਿਵੇਂ ਪਹਿ ਕਹਿ ਦਈਏ ਮੋਰ ਦੈਨ 80% ਲੋਕਾਂ ਨੂੰ ਸਰਦ ਤੇ ਸਿੰਪਤੀ ਤੇ ਹੁੰਦਦੀ ਹੋਗੀ ਸੀ ਉੱਥੇ ਹੀ ਬੀਜੇਪੀ ਨੇ ਦੇਖਿਆ ਇਹ ਇਸ ਪੱਤੇ ਨੂੰ ਸੀ ਕਾਟ ਕਰਨ ਵਾਸਤੇ ਕੀ ਕਰ ਸਕਦੇ ਆ ਉੱਥੇ ਜਾਣ ਬੁੱਝ ਕੇ ਅਜ ਤੱਕਰ ਜੀ ਨੂੰ ਉਹ ਅਜੇ ਤੱਕ ਟੌਰਚਰ ਕਰ ਰਹੇ ਨੇ ਉਹਨਾਂ ਦੇ ਭਰਾ ਨੂੰ ਕੀ ਨਿਕਲਿਆ ਕੀ ਨਹੀਂ ਨਿਕਲਿਆ ਕੀ ਧਰਿਆ ਗਿਆ ਕੀ ਨਾ ਧਰਾਇਆ ਗਿਆ ਮੈਨੂੰ ਨਹੀਂ ਇਸ ਗੱਲ ਦਾ ਪਤਾ ਮੈਂ ਇੱਥੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਦੀ ਲੇਕਿਨ ਜੋ ਗੱਲਾਂ ਲਗਦੀਆਂ ਹੈਗੀਆਂ ਕਿ ਉਹੋ ਜੇ ਵੇਲੇ ਉਹ ਤਾਂ ਪਹਿਲਾਂ ਵੀ ਸੀ ਫਿਰ ਜੇ ਇਹ ਕਹਿੰਦੇ ਆ ਤਾਂ ਇੱਕ ਦਿਨ ਤਾਂ ਇਹਨਾਂ ਨੇ ਸਾਰਾ ਕੁਝ ਕਰ ਲਿਆ ਤੇ ਪਹਿਲਾਂ ਕਾ ਨਾ ਹੋਇਆ ਹੁਣ ਕਿਉਂ ਹੋਇਆ ਇਹਦਾ ਮਤਲਬ ਉਹ ਕਿ ਜਾਣ ਕੇ ਸਾਡਾ ਕਾਂਗਰਸ ਪਾਰਟੀ ਦਾ ਡਾਊਨ ਕਰਨ ਲਈ ਜਾਂ ਸਾਡੇ ਸੀਐਮ ਦੇ ਨਾਂ ਤੇ ਜਿਹੜੀ ਪਪੂਲਰਿਟੀ ਮਿਲ ਰਹੀ ਸੀ ਉਹਨੂੰ ਡਾਊਨ ਕਰਨ ਲਈ ਉਹਨਾਂ ਦੇ ਉੱਤੇ ਇਹਨਾਂ ਨੇ ਇੱਕ ਐਸਾ ਹਮਲਾ ਕੀਤਾ ਜਿੱਥੇ ਆਪਣੀ ਪਾਵਰ ਨੂੰ ਮਿਸਯੂਜ਼ ਕੀਤਾ ਬੀਜੇਪੀ ਵਾਲਿਆਂ ਨੇ ਤੇ ਇਹ ਸਾਰੀਆਂ ਸਿਚੁਏਸ਼ਨਾਂ ਦੇ ਵਿੱਚ ਮੈਨੂੰ ਉਦੋਂ ਵੀ ਲੱਗਦਾ ਸੀ ਮੈਨੂੰ ਅੱਜ ਵੀ ਲੱਗਦਾ ਹੈ ਜਿੰਨਾ ਮਰਜ਼ੀ ਟੌਰਚਰ ਕਰ ਲੈਣ ਜਿੰਨਾ ਮਰਜ਼ੀ ਲਾਲਚ ਦੇ ਲੈਣ ਜੋ ਕਾਂਗਰਸਮੈਨ ਹੈ ਉਹ ਸਾਰੇ ਤਿੰਨੇ ਖਿੱਤਿਆਂ ਵਿੱਚ ਮਾਝਾ ਮਾਲਵਾ ਤੇ ਦਬਾਬਾ ਉਹ ਪੂਰਾ ਸਟੇਬਿਲਟੀ ਨਾਲ 1921 ਤੱਕ ਫਰਕ ਕਿਤੇ ਵੀ ਹੁੰਦਾ ਹਰ ਤਾਂ ਤੇ ਹੋ ਜਾਂਦਾ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਕਾਂਗਰਸ ਦੇ ਨਾਲ ਖੜਾ ਹੈ ਕਿਉਂਕਿ ਕੋਈ ਵੀ ਐਡੇ ਵੱਡੇ ਸਾਡੇ ਤੇ ਉਹਨਾਂ ਨੇ ਨਹੀਂ ਦੇਖੇ ਜਿਸ ਤਰ੍ਹਾਂ ਬੀਜੇਪੀ ਤਾਂ ਦੇਖ ਕੇ ਰਾਜਨੀਤੀ ਮੋਦੀ ਨੂੰ ਫਿਰੋਜ਼ਪੁਰ ਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਖਾਲੀ ਕੁਰਸੀਆਂ ਵਾਲਾ ਇਕੱਠ ਜਿਹੜਾ ਸੀ ਇਸੇ ਤਰ੍ਹਾਂ ਉਹਨਾਂ ਦੇ ਨਾਲ ਜਾਣ ਵਾਸਤੇ ਜਿਹੜੇ ਬੰਦੇ ਗਏ ਨੇ ਉਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦਿੱਤਾ ਗਿਆ ਚਾਹੇ ਉਹ ਢੀਂਡਸਾ ਗਰੁੱਪ ਗਿਆ ਚਾਹੇ ਉਹ ਕੈਪਟਨ ਗਿਆ ਲੋਕੀ ਪੰਜਾਬ ਦੇ ਦੁਸ਼ਮਣ ਨਾਲ ਸਮਝਦੇ ਰਹੇ ਨੇ ਇਹਨਾਂ ਨੂੰ ਤੇ ਉੱਥੇ ਤਾਂ ਦੀ ਗੱਲ ਨਹੀਂ ਬਣਦੀ ਲੱਗੀ ਸੀ ਪੰਜਾਬ ਦੇ ਲੋਕ ਨਫ਼ਰਤ ਕਰਦੇ ਸੀ ਉੱਥੇ ਮੈਨੂੰ ਜੋ ਸ਼ੱਕ ਪੈ ਰਹੀ ਹੈ ਜਾਂ ਜੋ ਚਰਚਾ ਸੁਣ ਰਹੇ ਹੈਗੇ ਆਂ ਦੋ ਚੀਜ਼ਾਂ ਨੇ ਜੋ ਕੀਤੀਆਂ ਇੱਕ ਤਾਂ ਇਹਨਾਂ ਨੇ ਡੇਰਿਆਂ ਨੂੰ ਚੂਸ ਕੀਤਾ ਤੁਸੀਂ ਅੰਦਾਜ਼ਾ ਲਾਓ ਵੋਟਾਂ ਤੋਂ ਪਹਿਲਾਂ ਪੈਰੋਲ ਮਿਲ ਜਾਣੀ ਤੇ ਵੋਟਾਂ ਖਤਮ ਹੁੰਦੇ ਆਂ ਸਾਰ ਪੈਰੋਲ ਖਤਮ ਹੋ ਜਾਣੀ ਇਹ ਕੀ ਇੰਡੀਕੇਟ ਕਰਦਾ ਹੈ ਇਹ ਪੈਰੋਲ ਜਿਹੜੀ ਹੁੰਦੀ ਹੈ ਨੌਰਮ ਮੈਨੂੰ ਦੱਸਣ ਕਿ ਕਿਹੜੇ ਨੌਰਮ ਦੇ ਤਹਿਤ ਪੈਰੋਲ ਮਿਲਦੀ ਹੈ ਇਹ ਵਿਆਖਿਆਤਾ ਕਰਨਾਂ ਮੈਂ ਜੋ ਜਾਣਦੀ ਆ ਕਿ ਕਿ ਮੈਂ ਇੱਕ ਫਰੀडम फाइਟਰ ਪਰਿਵਾਰ ਚ ਆ ਜਿਨ੍ਹਾਂ ਨੂੰ ਬੜੀ ਬਾਰੀ ਜੇਲ੍ਹਾਂ ਚ ਜ਼ਿਆਦਾ ਰਹਿਣਾ ਪਿਆ ਤੇ ਉਹਨਾਂ ਨੂੰ ਪੈਰੋਲ ਲਾਫਰ ਹੋਈਆਂ ਨਹੀਂ ਲਗੀਆਂ ਤਿੰਨ ਮਾਥਾਂ ਤੇ ਹੁੰਦੀਆਂ ਇੱਕ ਵਾਰ ਪੈਰੋਲ ਮੇਰੀ ਭੈਣ ਦੀ ਡੈਥ ਹੋ ਗਈ ਸੀ ਹਸਪੀਟਲ ਚ ਮੇਰੇ ਬਾਬਾ ਜੀ ਬਿਮਾਰ ਪੇ ਜਾਣੇ ਸਦੇ ਸੀ ਉਦੋਂ ਪੈਰੋਲ ਮਨਜ਼ੂਰ ਹੋਈ ਕਿ ਉਹਦਾ ਸੰਸਕਾਰ ਕਰਨਾ ਹੈ ਮੇਰੇ ਫਾਦਰ ਨੇ ਜਵਾਜ ਦਿੱਤਾ ਜਦ ਤੱਕ ਕੋਈ ਹਾਜ਼ਰ ਹਾਜ਼ਿਰ ਸੇਵਾ ਪਰ ਜਾਂਦੇ ਆ ਪਰਿਵਾਰ ਚ ਉਦੋਂ ਪੈਰੋਲ ਦਿੱਤੀ ਜਾਂਦੀ ਹੈ ਜਾਂ ਇਸ ਤਰ੍ਹਾਂ ਹੁੰਦਾ ਹੈ ਕਿ ਕੋਈ ਕਿਸੇ ਘਰ ਚ ਸਮਾਗਮ ਸ਼ਾਦੀ ਬਾਪ ਨੇ ਲੜਫਟਾਉਣਾ ਆ ਕੇ ਉਹ ਸਮਝਿਆ ਜਾਂਦਾ ਹੈ ਕਿ ਇਹ ਜਾਂ ਇਹਨਾਂ ਨੂੰ ਕਾਰਨ ਨਾਲ ਉਹਨ ਤੀਜਾ ਕੋਈ ਬੰਦਾ ਇੰਨਾ ਬਿਮਾਰ ਹੋ ਜਾਵੇ ਜਿਵੇਂ ਮੇਰੇ ਮਦਰ ਨੂੰ ਦਿੱਤੀ ਗਈ ਸੀ ਇੱਕ ਵਾਰ ਕਿ ਉਸ ਵਕਤ ਉਹ ਇੰਨਾ ਬਿਮਾਰ ਹੋ ਜਾਵੇ ਕਿ ਹਸਪੀਟਲ ਤੋਂ ਵੀ ਉਹ ਲੱਗਦਾ ਹੈ ਕਿ ਜੇਲ੍ਹ ਦੇ ਵਿੱਚ ਹੈਗਾ ਜੇਲ੍ਹ ਵਾਲੇ ਨੇ ਹਸਪੀਟਲ ਡਾਕਟਰ ਬੁਲਾਇਆ ਭੇਜਿਆ ਤੇ ਉਹ ਫਿਰ ਜੇਲ੍ਹ ਵਾਲੇ ਤੋਂ ਪੈਰੋਲ ਦੇ ਦਿੰਦੇ ਆ ਕਿ ਇਹ ਸਾਡੇ ਜੇਲ੍ਹ ਤੇ ਨਾ ਇਸ ਤਰ੍ਹਾਂ ਗੱਲ ਲੱਗ ਜਾਵੇ ਅੰਗਰੇਜ਼ਾਂ ਨੇ ਸੋਚਦੇ ਸੀ ਕਿ ਦੂਸ਼ਣ ਲੱਗੂਗਾ ਸਾਡੇ ਤੇ ਇਹ ਤਿੰਨ ਕਾਰਨਾਂ ਦੇ ਵਿੱਚ ਪੈਰੋਲ ਮਿਲਦੀ ਹੈ ਹੁਣ ਇਹ ਜਿਹੜੇ ਸੱਸਾਬ ਵਾਲੇ ਬਾਬੇ ਨੂੰ ਪੈਰੋਲ ਤੇ ਲਿਆਉਣਾ ਤੇ ਵੋਟਾਂ ਤੋਂ ਛੱਡਣਾ ਉਹ ਸਾਫ਼ ਤੌਰ ਤੇ ਮਕਸਦ ਜ਼ਾਹਰ ਹੁੰਦਾ ਹੈ ਕਿ ਉਹਨਾਂ ਨੂੰ ਇਹ ਬਾਹ ਮਰੋ ਦਾ ਅਲਾਰਮ ਕਰਵਾਉਣਾ ਚਾਹੁੰਦੇ ਸੀ ਪ੍ਰੇਮੀਆਂ ਨੂੰ ਮੈਸੇਜ ਦੇਣਾ ਚਾਹੁੰਦੇ ਸੀ ਉਹ ਪ੍ਰੇਮੀਆਂ ਨੇ ਮੰਨਿਆ ਜਾਂ ਨਾ ਮੰਨਿਆ ਕਿਉਂਕਿ ਜੋ ਚਰਚਾ ਸੁਣਦੇ ਸੀ ਅਸੀਂ ਪ੍ਰੇਮੀਆਂ ਦੇ ਵਿੱਚੋਂ ਉੱਥੇ ਦੋ ਤਰ੍ਹਾਂ ਦੀਆਂ ਗੱਲਾਂ ਉੱਭਰ ਕੇ ਆਉਂਦੀਆਂ ਸੀ ਇੱਕ ਤਾਂ ਉਹ ਸੀ ਕਿ ਕਹਿੰਦੇ ਸੀ ਅਸੀਂ ਭੁੱਲਦੇ ਨਹੀਂ ਹਾਂ ਸਾਨੂੰ ਐਸੇ ਬੀਜੇਪੀ ਨੇ ਧੋਖੇ ਨਾਲ ਸਾਡੇ ਜਿਹੜੇ ਪਿਤਾ ਜੀ ਜੀ ਨੂੰ ਕਹਿੰਦੇ ਆ ਇਹ ਉਹਨਾਂ ਨੂੰ ਲੈ ਕੇ ਗਏ ਕਿ ਤੁਹਾਨੂੰ ਇੱਕ ਦਸਕਤ ਕਰਨੇ ਆ ਛੱਡ ਜਾਗੇ ਮੁੜ ਕੇ ਆ ਕੇ ਡੇਰੇ ਤੋਂ ਲੈ ਗਏ ਤੇ ਮੁੜ ਕੇ ਗ੍ਰਿਫਤਾਰ ਕਰਕੇ ਉਹ ਇਹਨਾਂ ਨੇ ਉੱਤਰ ਨੂੰ ਆਪਦੇ ਕਾਬੂ ਕਰ ਰੱਖਿਆ ਜਦੋਂ ਜੀ ਕਰਦਾ ਬਾਹਰ ਰੋੜ ਕੇ ਬਾਹਰ ਲੈ ਆਉਂਦੇ ਹੁਣ ਪਾਰਲੀਮੈਂਟ ਤੱਕ ਵੀ ਹੁਣ ਲੈ ਕੇ ਫਿਰ ਉਦੋਂ ਕੱਢਣਗੇ ਬਾਹਰ ਤੇ ਇੱਕ ਤਾਂ ਇਹ ਸਮਝਦੇ ਦੂਜਾ ਉੱਥੇ ਉਹਨਾਂ ਦੇ ਵਿੱਚ ਇਹ ਵੀ ਸ਼ੱਕਾਂ ਜਾਹਰ ਪੈ ਗਈਆਂ ਕਿ ਉਹਨਾਂ ਦਾ ਪੋਲੀਟੀਕਲ ਗਰੁੱਪ ਹੈ ਉਹ ਕਿਸੇ ਨਾ ਕਿਸੇ ਪਾਰਟੀਆਂ ਦੇ ਨਾਲ ਰਲਿਆ ਮਿਲਿਆ ਹੈ ਹਾਲਾਂਕਿ ਮੈਂ ਕਦੇ ਵੀ ਇਸ ਤਰ੍ਹਾਂ ਦੇ ਜਦ ਤੱਕ ਮੇਰੇ ਕੋਲ ਡਾਕੂਮੈਂਟਰੀ ਪ੍ਰੂਫ ਨਹੀਂ ਮੈਂ ਐਲੀਗੇਸ਼ਨ ਨਹੀਂ ਲਾਉਂਦੀ ਨਾ ਮਾ ਜਲਾ ਰਹੀਆਂ ਲੇਕਿਨ ਉਹ ਚਰਚਾ ਉਹਨਾਂ ਵਿੱਚ ਚੱਲਦੀ ਹੈਗੀ ਹੈ ਕਿ ਪੋਲੀਟੀਕਲ ਗਰੁੱਪ ਦੇ ਉੱਤੇ ਵੀ ਡਾਊਟ ਕੀਤਾ ਜਾ ਰਿਹਾ ਹੈ ਦਾਦਾ ਕਿ ਉਹ ਇਹਨਾਂ ਦੇ ਨਾਲ ਕਿਸ ਪਾਸੇ ਤੀਜੀ ਚੀਜ਼ ਇਹ ਜਿਹੜੀ ਇਹਨਾਂ ਨੇ ਕੀਤੀ ਡੇਰੇ ਵਾਲੀ ਕੀਤੀ ਵੋਟ ਮਹਿਸੂਸ ਕਰਨ ਵਾਸਤੇ ਵੋਟ ਪਈ ਜਾਂ ਨਾ ਪਈ ਜਾਂ ਕਿੰਨੀ ਪਈ ਇਹ ਤਾਂ ਰਿਜ਼ਲਟ ਤੋਂ ਬਾਅਦ ਪਤਾ ਲੱਗੂਗਾ ਕਿ ਮਜਬੂਰੀ 'ਚ ਲਾਨ ਕਰਾ ਸਕਦੇ ਨੇ ਮਜਬੂਰੀ 'ਚ ਕਹਿ ਸਕਦੇ ਨੇ ਇਹ ਵੀ ਸੁਣ ਚਾਇਆ ਕਿ ਪਹਿਲਾਂ ਤਾਂ ਕੱਲੀ ਬੀਜੇਪੀ ਤੇ ਬੀਜੇਪੀ ਦੇ ਮੇਨ ਦੋ ਇਹ ਅਲਾਈ ਜਿਹੜੇ ਹੈਗੇ ਨੇ ਇਹ ਸਯੁਕਤ ਵਾਲੇ ਤੇ ਜਿਹੜਾ ਕੈਪਟਨ ਹੈ ਉਹਨਾਂ ਦੀਆਂ ਪਾਰਟੀਆਂ ਨੂੰ ਨਹੀਂ ਉਹਨਾਂ ਨੇ ਸਪੋਰਟ ਕੀਤਾ ਸੀ ਉਹਨਾਂ ਦੇ ਇਮੀਡੀਏਟ ਕੋਈ ਮੈਂਬਰ ਖੜੇ ਅਜਿਵੇਂ ਢੀਂਡਸੇ ਦਾ ਅਬਦਾ ਬੇਟਾ ਖੜਾ ਹੈ ਜਾਂ ਕੈਪਟਨ ਆਪ ਖੜਾ ਹੈ ਉਹ ਦੋ ਤੇ ਪਲੱਸ ਬੀਜੇਪੀ ਇਹ ਤਾਂ ਸੁਣਿਆ ਹੈ ਕਿ ਇਹਨਾਂ ਦੇ ਵਾਸਤੇ ਇਹ ਹਲਾਨ ਕੀਤਾ ਸੀ ਵੋਟਾਂ ਪਾਉਣ ਲਈ ਬਾਬੇ ਤੋਂ ਕਰਾਇਆ ਸੀ। ਦੂਜੀ ਚੀਜ਼ ਇਹ ਵੀ ਪਤਾ ਲੱਗੀ ਹੈ ਕਿ 17 18 ਤਿੰਨ ਦੋ ਦਿਨ ਤਿੰਨ ਦਿਨ। ਅਹਿਮ ਮੀਟਿੰਗ ਬਾਬੇ ਦੇ ਕੋਲ ਜਿਹੜੀ ਸੀਗੇ ਜ਼ਿੰਮੇਵਾਰ ਬੰਦੇ ਛੱਡੇ ਵੀ ਆ ਦੇ ਸਿਕਿਉਰਿਟੀ ਦੇ ਸੀ ਕਾਹਦੇ ਸੀ ਕਿਵੇਂ ਸੀ ਆਮ ਤਾਂ ਮਿਲਣੇ ਦੇ ਤੱਕ ਕਿਸੇ ਨੂੰ। ਉਹਨਾਂ ਤੋਂ ਤੇ ਜਿਹੜੀ ਗਵਰਨਮੈਂਟ ਆਫ ਇੰਡੀਆ ਦਾ ਕੋਈ ਨਮੇਂਦਾ ਨਾਲ ਸੀ ਉਹਨਾਂ ਤੋਂ ਫੋਨ ਕਰਵਾਏ ਗਏ ਕਿ ਜਿੱਥੇ ਕਿਤੇ ਲੱਗਿਆ ਉਹਨਾਂ ਨੂੰ ਕਿ ਬੀਜੇਪੀ ਵਾਲਾ ਜਾਂ ਉਹਨਾਂ ਦੀ ਮੇਨ ਅਲਾਈਜ਼ ਇਹ ਡੇਰੇ ਦੀਆਂ ਵੋਟਾਂ ਨਾਲ ਨਹੀਂ ਜਿੱਤਦੇ ਉੱਥੇ ਉਹਨਾਂ ਨੇ ਵੋਟਾਂ ਕਾਲੀ ਦਲ ਨੂੰ ਪਵਾਤੀ ਇਹ ਗੱਲਾਂ ਚਰਚਾ ਚ ਨੇ ਆਮ ਤੌਰ ਤੇ ਕਿੰਨੀਆਂ ਸੱਚੀਆਂ ਝੂਠੀਆਂ ਮੈਨੂੰ ਨਹੀਂ ਪਤਾ ਇਹਨਾਂ ਦਾ ਸੋ ਇੱਕ ਤਾਂ ਇਹਨਾਂ ਨੇ ਇਹ ਈਡੀ ਨੂੰ ਚੂਜ਼ ਕੀਤਾ ਇੱਕ ਡੇਰਿਆ ਨੂੰ ਵੀ ਚੂਜ਼ ਕੀਤਾ ਇੱਕ ਜਿਹੜਾ ਮੈਨੂੰ ਹਮੇਸ਼ਾ ਡਾਊਟ ਪਹਿਲਾਂ ਤੋਂ ਹੀ ਪੈਂਦਾ ਹੈ 2014 ਦੀਆਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਦੇ ਵਿੱਚ ਉਦੋਂ ਇਹਨਾਂ ਨੇ ਈਬੀਐਮ ਦਾ ਈਬੀਐਮ ਦਾ ਬਹੁਤ ਬੁਰੀ ਤਰ੍ਹਾਂ ਮਿਸਚੂਜ਼ ਕੀਤਾ ਸੀ ਕਿਉਂਕਿ ਇਹ ਮੈਂ ਤਾਂ ਇਹਦੇ ਬਾਰੇ ਬੋਲ ਰਹੀ ਹਾਂ ਕਿ ਮੇਰੇ ਆਪਣੇ ਹਲਕੇ 'ਚ ਸਾਡੇ 10-10 ਵੋਟਾਂ ਪਾਈਆਂ 15-15 ਵੋਟਾਂ ਪਾਈਆਂ ਤੇ ਉਹ ਵਾਰ-ਵਾਰ ਮੈਨੂੰ ਪਾਰੇ ਸੀ ਆਬਜ਼ਰਵਰ ਵੀ ਸਾਹਮਣੇ ਖੜੇ ਸੀ ਸਾਡੇ ਉਹ ਨਮਾਗੋਂ ਫਲਾਦਨਾ ਪਿੰਡ ਬਾਦਲਗੜ ਮੇਰੇ ਪਿੰਡ ਰੱਖੇ ਸੀ 10 15 ਉਹ 15 ਕ ਪਿੰਡ ਇਸ ਚੈੱਕ ਕਰਾਏ ਉੱਥੇ ਜਿਹੜੀਆਂ ਵੋਟਾਂ ਪੈਂਦੀਆਂ ਸੀ ਗਿਆ ਉਹ ਮੈਨੂੰ ਪਾਉਂਦੇ ਆ ਨਿਕਲਦੀ ਸੀ ਪ੍ਰਮੇਂਦਰ ਢੀਂਡ ਸੇ ਨੂੰ ਤੇ ਜਦੋਂ ਸਾਡੇ ਬੰਦਿਆਂ ਨੇ ਸਾਹਮਣੇ ਦੇਖਿਆ ਇਤਰਾਜ਼ ਤੇ ਉਹਨਾਂ ਨੂੰ ਕਿਹਾ ਕਿ ਇਹ ਮਸ਼ੀਨਾਂ ਦੀ ਨੁਕਸਾ ਬਦਲ ਦਿੰਦੇ ਆ ਹੁਣ 250 ਦੇ ਵਿੱਚੋਂ ਜੇ ਤੁਹਾਡੇ 15 ਮਸ਼ੀਨਾਂ ਬਦਲਤੀਆਂ ਤਾਂ ਬਾਕੀ ਥਾਂ ਮਤੇ ਕੀ ਹੋਇਆ ਹੋਗਾ ਹੁਣ ਤੁਹਾਨੂੰ ਜੇਕਰ ਕਿਉਂਕਿ ਸੀਟਾਂ ਤੁਸੀਂ ਜਿੱਤਦੇ ਹੋ ਜੇ ਉਹੀ ਸਵਾਲ ਹੈ ਕਿ ਮੈਜੀਕਲ ਵਰਡ ਤੱਕ ਨੰਬਰ ਤੱਕ ਜੇਕਰ ਨਹੀਂ ਪਹੁੰਚਦੇ ਤਾਂ ਕਿਹੜੀ ਪਾਰਟੀ ਆਹੋ ਜਿਹੇ ਜਿਹਦੇ ਨਾਲ ਤੁਸੀਂ ਗੜਜੋੜ ਕਰਨਾ ਚਾਹੋਗੇ ਦੇਖੋ ਇਹ ਤਾਂ ਸਿਚੁਏਸ਼ਨ ਵੋਟਾਂ ਤੋਂ ਬਾਅਦ پتہ ਲੱਗੂਗੀ ਕਿਹੜੀ ਪਾਰਟੀ ਦੀ ਝੋਲੀ 'ਚ ਕਿੰਨੇ ਕਦਾਣੇ ਨੇ ਅੱਜ ਕਿਸੇ ਥਾਂ ਤੇ ਕਹਿਣਾ ਕਿ ਅਸੀਂ ਇਹਦੇ ਨਜਾਨੇ ਆਉਂਦੇ ਜਾਂ ਜਾਣੇ ਆ ਬੇਬੀ ਕਿਉਂਕਿ ਅੱਜ ਤਾਂ ਹਰ ਇੱਕ ਬੰਦੇ ਵੀ ਆਰ ਹੋਪਫੁਲ ਕਿ ਸਾਡੀ ਪਾਰਟੀ ਦੀ ਮੈਜੋਰਟੀ ਹੋਣੀ ਸਾਡੀ ਸਰਕਾਰ ਬਣਨੀ ਹੈ ਆਈਡੀਓਲੋਜੀ ਫਿਰ ਵੀ ਕਿ ਕਿਹੜੀ ਹੈ ਉਹ ਜੇ ਪਾਰਟੀ ਜਿਹਦੇ ਨਾਲ ਮਿਲ ਸਕਦੀ ਹੈ ਜਿਹੜੀ ਕਿਹੜੀਆਂ ਪਾਰਟੀਆਂ ਜਿੰਨਾਂ ਨਾਲ ਨਹੀਂ ਮਿਲ ਸਕਦੇ ਮੈਂ ਉਹ ਕਹਿ ਸਕਦੀਆਂ ਜਿਵੇਂ ਬੀਜੇਪੀ ਤੇ ਕਾਲੀ ਦਲ ਨਾਲ ਸਾਡੀ ਆਈਡੀਓਲੋਜੀ ਨਹੀਂ ਮਿਲਦੀ ਅਸੀਂ ਕਿਸੇ ਕੀਮਤੀ ਨਾਲ ਨਹੀਂ ਮਿਲ ਸਕਦੇ ਆਮ ਆਦਮੀ ਪਾਰਟੀ ਲੈ ਗਈ ਉਹਨਾਂ ਨਾਲ ਹੋ ਸਕਦਾ ਚਲੋ ਆਮ ਆਦਮੀ ਪਾਰਟੀ ਇੱਕ ਨਵੀਂ ਪਾਰਟੀ ਹੈ ਇਹਨਾਂ ਦਾ ਸਾਡਾ ਦਿੱਲੀ ਵਿੱਚ ਵੀ ਇੱਕ ਵਾਰ ਹੋਇਆ ਸੀਗਾ ਇੱਕ ਵਾਰ ਸਪੋਰਟ ਕੀਤੀ ਹੈ ਮੇ ਵੀ ਕਿ ਕਿਸੇ ਵਕਤ ਜਦੋਂ ਤੁਸੀਂ ਕਹਿੰਦੇ ਹੋ ਕਿ ਸਪੋਜ਼ ਕਰੋ ਜਿਵੇਂ ਸਪੋਜ਼ ਤੇ ਉੱਤੇ ਗੱਲ ਆਉਂਦੀ ਹੈਗੀ ਹੈ ਕਿ ਜੇ ਇਹ ਜੇ ਕੰਬੀਨੇਸ਼ਨ ਜਿਵੇਂ ਸੋਚਦੇ ਆ ਬੀਜੇਪੀ ਕਾਲੀਦਲ ਨਾਲ ਕਰਨੇ ਆ ਤਾਂ ਜੇ ਅਸੀਂ ਫਿਰਕਾ ਪ੍ਰਸਤ ਪਾਰਟੀਆਂ ਦੀ ਸੋਚ ਨੂੰ ਡਾਊਨ ਕਰਨ ਲਈ ਸੈਕੂਲਰ ਸੋਚ ਦੇ ਲੋਕ ਇਕੱਠੇ ਹੁੰਨੇ ਆ ਅੱਗੇ ਵੀ ਅਸੀਂ ਕਮਿਊਨਿਸਟ ਪਾਰਟੀਆਂ ਨਾਲ ਇਕੱਠੇ ਹੁੰਦੇ ਰਹੇ ਆ ਸੈਕੂਲਰ ਸੋਚ ਵਾਲਿਆਂ ਦੇ ਨਾਲ ਕਿਸੇ ਨਾਲ ਵੀ ਚਾਹੇ ਆਮ ਹੋਵੇ ਦੂਜੀ ਹੋਵੇ ਤੀਜੀ ਕੋਈ ਹੋਵੇ ਸੈਕੂਲਰ ਸੋਚ ਇਕੱਠੀ ਹੋ ਸਕਦੀ ਹੈ ਜੇ ਕਿਸੇ ਵਕਤ ਕੋਈ ਕਮੀ ਪੇਸ਼ੀ ਰਹਿੰਦੀ ਹੈ ਇਹਨਾਂ ਫਿਰਕਾ ਪ੍ਰਸਤ ਪਾਰਟੀਆਂ ਨੂੰ ਥੱਲੇ ਲਿਆਉਣ ਲਈ ਮਤਲਬ ਗੋਲ ਇਹੀ ਹੈ ਕਿ ਪੰਜਾਬ ਪੰਜਾਬ ਦੇ ਵਿੱਚ ਬੀਜਪੀ ਜਾਂ ਅਕਾਲੀ ਦਲ ਇਹ ਨਹੀਂ ਆਣੇ ਚਾਹੀਦੇ ਹੈ ਕਿ ਨਾ ਜਾਓ ਬਿਲਕੁਲ ਇੱਕ ਤਾਂ ਅਕਾਲੀ ਦਲ ਤੇ ਬੀਜਪੀ ਦੀ ਸਰਕਾਰ ਹੋਣੀ ਚਾਹੀਦੀ ਇੱਕ ਹੰਗ ਅਸੈਂਬਲੀ ਨਹੀਂ ਹੋਣੀ ਚਾਹੀਦੀ ਇਹ ਤੇ ਸਰਕਾਰ ਬਣਨੀ ਚਾਹੀਦੀ ਹੈ ਸਰਕਾਰਾਂ ਦਾ ਪੈਸਾ ਗਰੀਬਾਂ ਦੇ ਕੋਲ ਟੈਕਸਾਂ ਚ ਗਿਆ ਹੁੰਦਾ ਹੈ ਤੇ ਜਿਹੜੇ ਧਿਆਰਨਦਾਰ ਆ ਜਿਨ੍ਹਾਂ ਨੇ ਤਾਂ ਮਾਇਆ ਹੈਗਾ ਬੇਸ਼ੁਮਾਰ ਪੈਸਾ ਤਾਂ ਕੋਈ ਫਰਕ ਨਹੀਂ ਪੈਂਦਾ ਜਿਨ੍ਹਾਂ ਨੇ ਆਪਣੀ ਸਾਰੀ ਹੱਡ ਕਸੀਨੇ ਵਸਾਈ ਨੇ ਕਮਾਇਆ ਉਹਨਾਂ ਨੂੰ ਇਲੈਕਸ਼ਨ ਲੜਨੀਆਂ ਬਹੁਤ ਔਖੀ ਹੁੰਦੀਆਂ ਬਾਰ-ਬਾਰ ਇਹ ਦੁਆਰਾ ਅਸੈਂਬਲੀ ਨਹੀਂ ਹੋਣੀ ਚਾਹੀਦੀ ਪਰ ਜ਼ਰੂਰ ਸਰਕਾਰ ਬਣਨੀ ਚਾਹੀਦੀ ਹੈ ਠੀਕ ਧੰਨਵਾਦ ਸਫਤਰਤਾ ਗਲਤੀ ਕੀਤੀ ਜਾਵੇ ਤਾਂ ਜਿਸ ਤਰੀਕੇ ਦਾ ਨਾਲ ਲਗਾਤਾਰ ਇੱਕ ਸ਼ਸ਼ੋਪਣ ਦੀ ਸਿਚੁਏਸ਼ਨ ਜਿਹੜੀ ਕਿ ਬਣੀ ਹੋਈ ਹੈ ਕਿ ਕੌਣ ਜਿਹੜਾ ਕਿ ਸਰਕਾਰ ਬਣਾਊਗਾ ਉਹਦੇ ਵਿੱਚ ਇਹ ਜ਼ਰੂਰ ਕੋਸ਼ਿਸ਼ ਕੀਤੀ ਜਾ ਰਹੀ ਕਿ ਨਾ ਹੰਗ ਅਸੈਂਬਲੀ ਆਏ ਤੇ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਕਿ ਇਹ ਵੀ ਸਰਕਾਰ ਨਾ ਬਣਾਉਣ ਲੇਕਿਨ ਜੇਕਰ ਇਹਨਾਂ ਨੂੰ ਹਰਾਉਣ ਦੇ ਲਈ ਕਾਂਗਰਸ ਨੂੰ ਲੋੜ ਪੈਂਦੀ ਹੈ ਤਾਂ ਆਮ ਆਦਮੀ ਪਾਰਟੀ ਜਾਂ ਹੋਰ ਜਿਹੜੀ ਇਹੋ ਜੇ ਜਥੇਬੰਦੀਆਂ ਹਨ ਉਹਨਾਂ ਦੇ ਨਾਲ ਜ਼ਰੂਰ ਗੱਠਜੋੜ ਕੀਤਾ ਜਾ ਸਕਦਾ ਹੈ కెమరామ రశని అనమోల్ గులాటీీ మిడియా చండిగఢ ਪੰਜਾਬ ਦੇ ਚੋਣ ਦੰਗਲ ਤੋਂ ਜਨਤਾ ਦਾ ਫੈਸਲਾ ਸੀ ਪੰਜਾਬ ਹਰਿਆਣਾ ਹਿਮਾਚਲ ਤੇ ਜਾਣੋ ਪੋਲਿੰਗ ਬੂਥ ਤੋਂ VOTERS ਦੱਸਣਗੇ 2022 ਦਾ ਬਾਜ਼ੀਗਰ ਕੌਣ 10 ਮਾਰਚ ਤੋਂ ਪਹਿਲਾਂ ਜਾਣੋ ਕੌਣ ਜਿੱਤਿਆ ਕੌਣ ਹਾਰਿਆ ਜੋਣ ਇਤਿਹਾਸ ਦਾ ਸਭ ਤੋਂ ਵੱਡਾ ਐਗਜ਼ਿਟ ਪੋਲ 7 ਮਾਰਚ ਸ਼ਾਮ 6 ਵਜੇ ਤੋਂ ਲਗਾਤਾਰ